ਧਾਰੀਵਾਲ ਪੁਲਿਸ ਨੇ ਨਾਕਾ ਲਗਾ ਕੇ ਆਮ ਜਨਤਾ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਸਬ ਇੰਸਪੈਕਟਰ ਰਜਿੰਦਰ ਕੌਰ ਅੱਜ ਥਾਣਾ ਧਾਰੀਵਾਲ ਪਿੰਡ ਡਾਡਵਾ ਵਿਖੇ ਨਾਕਾ ਲਗਾਇਆ ਅਤੇ ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਦੇ ਚਲਾਨ ਕੀਤੇ। ਸਬ ਇੰਸਪੈਕਟਰ ਰਜਿੰਦਰ ਕੌਰ ਨੇ ਦੱਸਿਆ ਕਿ ਅਸੀਂ ਚਲਾਨਾਂ ਦੇ ਨਾਲ ਨਾਲ ਆਮ ਜਨਤਾ ਨੂੰ ਗਾਈਡ ਵੀ ਕਰ ਰਹੇ ਹਾਂ, ਜਿਵੇਂ ਕਿ ਸੀਟ ਬੈਲਟ ਅਤੇ ਹੈਲਮਟ ਆਦਿ ਦੇ ਫਾਇਦੇ। ਇਸ ਦੇ ਨਾਲ ਨਾਲ ਗੱਡੀਆਂ ਦੇ ਘੱਟੋ ਘੱਟ 4 ਦਸਤਾਵੇਜ਼ ਜਿਵੇਂ ਕਿ RC ਪ੍ਰਦੂਸ਼ਣ ਇੰਸ਼ੋਰੈਂਸ ਅਤੇ ਡਰਾਈਵਰ ਦਾ ਡਰਾਈਵਿੰਗ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੈ। ਪੁਲਿਸ ਦੇ ਹੁਕਮਾਂ ਦੇ ਅਨੁਸਾਰ ਅਸੀਂ ਨਾਕਾ ਲਗਾਇਆ ਹੈ। ਜਿਸ ਤਰ੍ਹਾਂ ਔਰਡਰਸ ਹੁੰਦੇ ਉਹਦੇ ਅਕੋਰਡਿੰਗ ਮਤਲਬ ਨਾਕਾ ਲੱਗਦਾ ਆ। ਜਿਸ ਤਰ੍ਹਾਂ ਅੱਜ ਅਸੀਂ ਸਾਨੂੰ ਔਰਡਰ ਹੋਇਆ ਸੀਗਾ ਡਡਵਾਂ ਚੌਂਕ ਧਾਰੀਵਾਲ ਦੇ ਵਿੱਚ ਇਸ ਡਡਵਾਂ ਰੋਡ 'ਤੇ ਮਤਲਬ ਲਗਾਉਣਾ ਨਾਕਾ, ਅਤੇ ਉਹ ਅਸੀਂ ਨਾਕਾ ਲਗਾਇਆ। ਅਤੇ ਉਹਦੇ ਵਿੱਚ ਜਿਵੇਂ ਗੱਡੀਆਂ ਸ਼ੱਕੀ ਗੱਡੀਆਂ ਆ ਜਿਨ੍ਹਾਂ ਦੇ ਨੰਬਰ ਪਲੇਟਸ ਦੇ ਵਿੱਚ ਮਤਲਬ ਸ਼ੱਕੀ ਆ, ਉਹਨਾਂ ਦੀ ਚੈਕਿੰਗ ਹੋ ਰਹੀ ਆ। ਪਲੱਸ ਜਿਹੜੇ 2-wheelers ਹੈ ਜਾਂ ਕਿਸੇ ਵੀ ਤਰ੍ਹਾਂ ਦਾ ਵਹੀਕਲ ਅਸੀਂ ਲਗਾ ਸਕਦੇ ਹਾਂ ਜਿਹੜੇ ਸ਼ੱਕੀ ਸਾਨੂੰ ਲੱਗ ਰਹੇ ਆ, ਉਹਨਾਂ ਦਾ ਅਸੀਂ ਮਤਲਬ ਚੈਕਿੰਗ ਕਰਦੇ ਹਾਂ। ਅਤੇ ਫਿਰ ਉਸ ਤੋਂ ਬਾਅਦ ਵਿੱਚ ਉਹਨਾਂ ਦਾ ਅਗਰ ਡਾਕੂਮੈਂਟਸ ਪ੍ਰੋਪਰ ਨਹੀਂ ਹੈ ਤਾਂ ਉਹਨਾਂ ਦੀ ਆਪਾਂ ਚਲਾਨ ਵਗੈਰਾ ਕੱਟ ਰਹੇ ਹਾਂ। ਅਸੀਂ ਚਲਾਨ ਸੂਬੇ ਦੇ ਲੱਗੇ ਆ, ਥੋੜ੍ਹੀ ਦੇਰ ਮਤਲਬ ਕੱਟੇ ਹੋਏ ਆ। ਅਸੀਂ ਗਿਣਤੀ ਨਹੀਂ ਮਤਲਬ ਅਜੇ ਕੀਤੀ ਹੋਈ ਕਿੰਨੀ ਕੱਟੇ ਆ, ਲੇਕਿਨ ਇਹ ਹੈ ਕਿ 2-wheelers ਹੋਣ ਜਾਂ ਮਤਲਬ ਕਿ ਗੱਡੀਆਂ 4-wheelers ਸਾਰਿਆਂ ਦੇ ਚਲਾਨ ਕੱਟੇ ਜਾ ਰਹੇ, ਜਿਨ੍ਹਾਂ ਨੇ ਸੀਟ ਬੈਲਟਸ ਨਹੀਂ ਲਗਾਈਆਂ ਹੋਈਆਂ ਉਹਨਾਂ ਦੀਆਂ ਲਗਵਾਈਆਂ ਜਾ ਰਹੀਆਂ। ਔਰ ਨੋਟ ਓਨਲੀ ਚਲਾਨ, ਅਸੀਂ ਉਹਨਾਂ ਨੂੰ ਗਾਈਡੈਂਸ ਵੀ ਦੇ ਰਹੇ ਹਾਂ। ਇਹੀ ਨਹੀਂ ਹੈ ਕਿ ਮਤਲਬ ਚਲਾਨ ਪਨਿਸ਼ਮੈਂਟ ਹੀ ਦੇ ਰਹੇ ਹਾਂ, ਉਹਨਾਂ ਨੂੰ ਗਾਈਡੈਂਸ ਵੀ ਦੇ ਰਹੇ ਹਾਂ ਕਿ ਅਗਰ ਉਹਨਾਂ ਕੋਲ ਨਹੀਂ ਹੈਗੀ, ਜਿਸ ਤਰ੍ਹਾਂ ਮੰਨ ਲਓ ਉਹਨਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਆ, ਅਤੇ ਉਹ ਵੀ ਉਹਨਾਂ ਨੂੰ ਗਾਈਡੈਂਸ ਦਿੱਤੀ ਜਾ ਰਹੀ ਹੈ ਕਿ ਉਹ ਵਿਦਿਨ ਕੁਛ ਦਿਨਾਂ ਦੇ ਵਿੱਚ ਮਤਲਬ ਆਪਣਾ ਡਰਾਈਵਿੰਗ ਲਾਇਸੈਂਸ ਜਿਹੜਾ ਹੈ ਉਹ ਤਿਆਰ ਕਰਵਾਉਣ। ਡਾਕੂਮੈਂਟਸ ਦੇਖੋ, ਮੇਨ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਉਹ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਅਗਰ ਕਿਸੇ ਚੀਜ਼ ਨੂੰ ਆਪਾਂ ਵਹੀਕਲ ਨੂੰ ਡਰਾਈਵ ਕਰ ਰਹੇ ਹਾਂ। ਉਹਦੇ ਨਾਲ ਨਾਲ ਅਗਰ ਜਿਹੜਾ ਵਹੀਕਲ ਆਪਾਂ ਡਰਾਈਵ ਕਰ ਰਹੇ ਹਾਂ ਉਹਦੀ ਸਾਡੇ ਕੋਲ RC ਤਾਂ ਹੋਣੀ ਚਾਹੀਦੀ ਆ, ਕਿ ਜਿਹਦੇ ਤੋਂ ਕਮ ਸੇ ਕਮ ਇਹ ਤਾਂ ਸ਼ੋਅ ਹੋਏ ਕਿ ਆਹ ਜਿਹੜਾ ਵਹੀਕਲ ਚਲਾਇਆ ਜਾ ਰਿਹਾ ਆ ਇਹਦੀ ਮਾਲਕੀ ਮੇਰੇ ਕੋਲ ਹੈ ਜੀ। ਡਰਾਈਵਿੰਗ ਲਾਇਸੈਂਸ, RC ਹੋਏ, ਪੋਲਿਊਸ਼ਨ ਸਰਟੀਫਿਕੇਟ ਹੋਏ, ਇੰਸ਼ੋਰੈਂਸ ਦਾ ਹੋਵੇ। ਆਵਾਜ਼ ਕੰਮ ਟੀਵੀ ਲਈ ਧਾਰੀਵਾਲ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਰਿਪੋਰਟ।